मैं शुरू तो कह रहा सी कि सब तो वड्डा माइनिंग माफिया पंजाब दा चन्नी है। गल जे रेड पई है तो चन्नी मुख्यमंत्री माइनिंग के उत्ते जाके कह के जाए जा मतलब की सी वो जिहड़े इलीगल दे बंदे कर रहे सी उन्हें हौसला देने वास्ते गया सी कि मैं मुख्यमंत्री हाँ कोई चिंता करने की लोड़ नहीं। करोड़ा रुपये मैं लगता है चन्नी ने घट तो घट 200-300 करोड़ रुपया इन्हां 2-3 महीनों च इकट्ठा किया। सारिया बदलियां ट्रांसफर कोई कम जिहड़ी दुकान मुरिंडे घर च जिन्हें खोली सी जिहड़ा इंचार्ज है चन्नी की दुकान का शोरूम का आ हनी है इन्हें कोई कम करवाना है कोई CLU लेना है नक्शे पास करवाने हैं इलीगल कॉलोनी पास करो कुछ भी एक चीज़ करवानी है सौदे करना है। ईठा साहब ने झूठा केस किया कहते सी हूँ क्योंकि परमात्मा के घर च अंधेर नहीं दे इंसाफ मिलता है। आई जेड़े अपने आप को समझते सी फंकार आ गया सी ते परमात्मा ने उन्होंने सही सड़क पर सुटिया। मुख्यमंत्री इमीजिएटली इस्तीफा देना चाहिए जे मुख्यमंत्री का मुरिंडे घर रेड कर लेना मैं लगता ट्रंक ते ट्रंक नोटा दे मिल गए। मंगलवार नूं केंद्रीय एजेंसी ED दे वल्लों भुपिंदर सिंह हनी जिहड़े CM चरणजीत सिंह चन्नी दे नज़दीकी रिश्तेदार दसे जांदे आ उन्हां दे 12 ठिकाणियां ते रेड करदी है। पहला तो इस रेड नूं राजनीति दे नाल प्रेरित दस्या जांदा पर बाद दे विच केंद्रीय एजेंसी ED नूं उत्थों 10 करोड़ रुपए की बरामदगी हुंदी है। MLA का स्टीकर ਅਤੇ ਨਾਲ ਕਈ ਬਾਡੀਗਾਰਡ ਰੱਖਦਾ ਸੀਗਾ ਭੁਪਿੰਦਰ ਸਿੰਘ ਹਨੀ। ED ਦੀ ਕਾਰਵਾਈ ਬਾਰੇ ਤਾਂ ਤੁਸੀਂ ਸੁਣ ਹੀ ਲਿਆ ਹੋਣਾ ਪਰ ਤੁਹਾਨੂੰ ਦੱਸਦੇ ਹਾਂ ਕਿ ਭੁਪਿੰਦਰ ਹਨੀ ਹੈ ਕੌਣ। ਭੁਪਿੰਦਰ ਹਨੀ ਚਰਨਜੀਤ ਸਿੰਘ ਚੰਨੀ ਦੀ ਸਾਲੀ ਦਾ ਮੁੰਡਾ ਹੈ। ਹਨੀ ਰੇਤ ਦੇ ਠੇਕੇ ਲੈਂਦਾ ਸੀ ਅਤੇ ਉਸ ਉੱਤੇ ਦੋਸ਼ ਲੱਗਦੇ ਸਨ ਕਿ ਹਨੀ ਰੇਤ ਦੀ ਨਜਾਇਜ਼ ਮਾਈਨਿੰਗ ਕਰਦਾ ਹੈ। ਜਦੋਂ ਚੰਨੀ ਮੰਤਰੀ ਸਨ ਤਾਂ ਹਨੀ ਦਾ ਪੂਰਾ ਠਾਠ-ਪਾਠ ਸੀ ਤੇ ਜਦੋਂ ਚੰਨੀ ਮੁੱਖ ਮੰਤਰੀ ਬਣੇ ਤਾਂ ਬਸ ਪੁੱਛੋ ਹੀ ਨਾ। ਚੰਨੀ ਦੇ ਮੁੱਖ ਮੰਤਰੀ ਬਣਦਿਆਂ ਸਾਰ ਹੀ ਹਨੀ ਨੇ ਸਾਰੇ ਸ਼ਹਿਰ ਵਿੱਚ ਚੰਨੀ ਲਈ ਵਧਾਈ ਦੇ ਬੋਰਡ ਲਗਵਾ ਦਿੱਤੇ। ਚੰਨੀ ਜਦੋਂ ਲੁਧਿਆਣੇ ਆਉਂਦੇ ਸਨ ਤਾਂ ਹਨੀ ਮੰਤਰੀਆਂ ਤੇ ਅਫਸਰਾਂ ਦੇ ਬਰਾਬਰ ਮੁੱਖ ਮੰਤਰੀ ਦਾ ਸਵਾਗਤ ਕਰਨ ਲਈ ਹੈਲੀਪੈਡ ਤੇ ਪਹੁੰਚਦੇ ਸਨ। ਇੱਥੋਂ ਤੱਕ ਕਿ ਹਨੀ ਨੂੰ ਪੰਜਾਬ ਪੁਲਿਸ ਦੇ ਕਮਾਂਡੋ ਤੱਕ ਮਿਲੇ ਹੋਏ ਸਨ। ਹਨੀ ਦੇ ਕਰੀਬੀ ਦੋਸਤ ਆਪਣੀਆਂ ਗੱਡੀਆਂ ਤੇ MLA ਦਾ ਸਟicker ਲਗਾ ਕੇ ਘੁੰਮਦੇ ਸਨ। ਜਦੋਂ ਹਨੀ ਦਾ ਕਾਫਲਾ ਸੜਕ ਤੋਂ ਲੰਘਦਾ ਸੀ ਤਾਂ ਇੰਜ ਜਾਪਦਾ ਸੀ ਕਿ ਕੋਈ ਮੰਤਰੀ ਦਾ ਕਾਫਲਾ ਹੈ, ਪਰ ਬਾਅਦ ਦੇ ਵਿੱਚ ਪਤਾ ਲੱਗਦਾ ਸੀਗਾ ਕਿ ਇਹ ਮੁੱਖ ਮੰਤਰੀ ਦਾ ਰਿਸ਼ਤੇਦਾਰ ਹੈ ਜਿਸ ਕੋਲ ਕੋਈ ਸਰਕਾਰੀ ਅਹੁਦਾ ਵੀ ਨਹੀਂ ਹੈ। ਭੁਪਿੰਦਰ ਹਨੀ ਅਕਸਰ ਹੀ ਮੁੱਖ ਮੰਤਰੀ ਚੰਨੀ ਦੇ ਚੰਡੀਗੜ੍ਹ ਜਾਂ ਮੁਰਿੰਡੇ ਵਾਲੇ ਘਰ ਦੇਖਿਆ ਜਾਂਦਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਇੱਥੋਂ ਤੱਕ ਕਿਹਾ ਕਿ ਪੰਜਾਬ ਵਿੱਚ ਅਫਸਰਾਂ ਦੀ ਬਦਲੀਆਂ ਲਈ ਵੀ ਹਨੀ ਪੈਸੇ ਲੈਂਦਾ ਸੀ। ਹੋਰ ਕੀ ਕਿਹਾ ਸੁਖਬੀਰ ਬਾਦਲ ਨੇ ਉਹ ਵੀ ਤੁਸੀਂ ਸੁਣ ਲਓ। 3 ਮਹੀਨੇ ਵਾਸਤੇ ਉਹਨਾਂ ਨੇ ਇੱਕ ਗਰੀਬ ਨੂੰ ਮੁੱਖ ਮੰਤਰੀ ਬਣਾਇਆ ਜਿਹਦੇ ਘਰੋਂ ਕੱਲ੍ਹ 6 ਕਰੋੜ ਰੁਪਇਆ ਮਿਲਿਆ, ਹੁਣ 10 ਹੋ ਗਿਆ। ਹਲੇ ਤਾਂ ਪੰਜਾਬ ਦੀ ਇੰਟੈਲੀਜੈਂਸ ਨੇ ਦੱਸਤਾ ਸੀ ਇਹਨਾਂ ਨੇ ਪੈਸੇ ਕਢਾ ਕੇ ਸਾਰੇ ਮੁੱਖ ਮੰਤਰੀ ਨੇ ਆਪਣੇ ਮਰਿੰਡੇ ਘਰੇ ਰੱਖ ਲਏ ਤੇ ਦੂਜੇ ਜਗ੍ਹਾ ਤੇ ਭੇਜ ਦਿੱਤੇ। ਮੈਂ ਸ਼ੁਰੂ ਤੋਂ ਕਹਿ ਰਿਹਾ ਸੀ ਕਿ ਸਭ ਤੋਂ ਵੱਡਾ ਮਾਈਨਿੰਗ ਮਾਫੀਆ ਪੰਜਾਬ ਦਾ ਚੰਨੀ ਹੈ। ਤੁਸੀਂ ਦੇਖਿਆ ਹੋਣਾ ਹੈ ਕਿ ਜਦੋਂ ਅਨੰਦਪੁਰ ਸਾਹਿਬ ਦੇ ਹਲਕੇ ਜਦੋਂ ਮਾਈਨਿੰਗ ਦੀ ਰੇਡ ਪਈ ਪਾਰਟੀਆਂ ਨੇ ਕੀਤੀ ਤੇ ਚੰਨੀ ਮੁੱਖ ਮੰਤਰੀ ਗਿਆ ਕਹਿਣ ਵਾਸਤੇ ਕਿ ਸਾਰਾ ਜਾਇਜ਼ ਹੈ। ਪਹਿਲੀ ਗੱਲ ਜੇ ਰੇਡ ਪਈ ਹੈ ਤੇ ਚੰਨੀ ਮੁੱਖ ਮੰਤਰੀ ਮਾਈਨਿੰਗ ਤੇ ਉੱਥੇ ਜਾ ਕੇ ਕਹਿ ਕੇ ਜਾਇਜ਼ ਹੈ ਮਤਲਬ ਕੀ ਸੀ? ਉਹ ਜਿਹੜੇ ਇਲੀਗਲ ਇਹਦੇ ਬੰਦੇ ਕਰ ਰਹੇ ਸੀ ਉਹਨੂੰ ਹੌਸਲਾ ਦੇਣ ਵਾਸਤੇ ਗਿਆ ਸੀ ਕਿ ਮੈਂ ਮੁੱਖ ਮੰਤਰੀ ਹਾਂ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਕਰੋੜਾਂ ਰੁਪਈਏ ਮੈਨੂੰ ਲੱਗਦਾ ਚੰਨੀ ਨੇ ਘੱਟ ਤੋਂ ਘੱਟ 200-300 ਕਰੋੜ ਰੁਪਈਆ ਇਹਨਾਂ 2-3 ਮਹੀਨਿਆਂ 'ਚ ਇਕੱਠਾ ਕੀਤਾ। ਆਹ ਤਾਂ ਇੱਕ ਟਿਪ ਆਫ ਦੀ ਆਈਸਬਰਗ ਹੈ ਜਿਹੜਾ 6 ਕਰੋੜ ਲੱਭਿਆ। ਆਹ ਤਾਂ ਜਵਾ ਇੱਕ ਆਹ ਜਿਹੜਾ ਇਹਦਾ ਭਤੀਜਾ ਹੈ ਜਿਹਦਾ ਨਾਂ ਹੈ ਭੁਪਿੰਦਰ ਭਾਂਜਾ ਜਿਹਦਾ ਨਾਂ ਹੈ ਭੁਪਿੰਦਰ ਸਿੰਘ ਹਨੀ ਚ ਸਹੀ ਬਣੇ ਤੇ ਸਾਰੀਆਂ ਬਦਲੀਆਂ ਟਰਾਂਸਫਰ ਕੋਈ ਕੰਮ ਜਿਹੜੀ ਦੁਕਾਨ ਮੁਰਿੰਡੇ ਘਰ ਚ ਜਿਹਨੇ ਖੋਲੀ ਸੀ ਜਿਹੜਾ ਇੰਚਾਰਜ ਹੈ ਚੰਨੀ ਦੀ ਦੁਕਾਨ ਦਾ ਸ਼ੋਰੂਮ ਦਾ ਆਹ ਹਨੀ ਹੈ। ਇਹਨੇ ਕੋਈ ਕੰਮ ਕਰਾਉਣਾ ਹੈ ਕੋਈ CLU ਲੈਣਾ ਹੈ ਨਕਸ਼ੇ ਪਾਸ ਕਰਾਉਣੇ ਹੈ ਇਲੀਗਲ ਕਾਲੋਨੀ ਪਾਸ ਕਰਾਉ ਕੁਛ ਵੀ ਇੱਕ ਚੀਜ਼ ਕਰਾਉਣੀ ਹੈ
सौदे करने वाला आ है। अज मैनू बड़ी हैरानी आती है जो कहते हैं कि साडा पोलिटिकल वेंडेटा हो रहा हुण। जो मजीठा साहब ने झूठा केस किया कहते सी हुण क्योंकि परमात्मा दे घर च अंधेर नहीं दे इंसाफ मिलता है। आई जेड़े अपने आप नूं समझे सी हंकार आ गया सी ते परमात्मा ने उन्हां नूं सही सड़क ते सिखाया। 6 करोड़ रुपया हुण 10 करोड़ कहिंदे आ पूरा हो गया। एक भांजे ओह करदा की है ओहनूं पता करो ओहदी नौकरी की है, कम की है, प्रॉपर्टी की है। ओहदी कल्ली प्रॉपर्टी है कि ओह भांजा है मुख्यमंत्री दा, साली दा मुंडा है। ते आ हालात है। ते मैं हुण कांग्रेस पार्टी नूं पुछना चाहुंदा जवाब देण, मुख्यमंत्री नूं इमीजिएटली इस्तीफा देना चाहिए है। जे मुख्यमंत्री दा मुरिंडे घर रेड कर लैणा मैनूं लगदा ट्रंक ते ट्रंक नोटां दे मिलणगे। ऐ जी हालात, 3 महीने खुले हथ कोई काम नहीं किया इन्हां ने, कोई काम नहीं किया, किते पंजाब च नहीं गए, कल्ला पैसे इकट्ठे करते लगे है। ते असी भी परमात्मा मेहर करे श्रोमणी अकाली दल की सरकार आए, आ जिहड़ी सैंड माफिया जिहड़ा इहदा करोड़ां रुपये इकट्ठा किया, इनवैसटीगेशन असी करांगे, पंजाब सरकार भी इनवैसटीगेशन करेगी, तो सारी रिकवरी तो इन्हां होगी, नाले आ प्रोसीक्यूट भी किए जाएंगे।